ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਆਪਣੇ ਪਰਿਵਾਰ ਦੇ ਨਾਲ ਗੁਰੂ ਨਗਰੀ ਵਿੱਚ ਉਹਨਾਂ ਲੋਕਾਂ ਦਾ ਵੀ ਪੇਟ ਭਰਦੀ ਹੈ ਜੋ ਜ਼ਿਆਦਾ ਪੈਸੇ ਖਰਚ ਨਾ ਕਰ ਆਪਣਾ ਪੇਟ ਭਰ ਸਕਦੇ ਨੇ। ਦਰਅਸਲ ਵੀਨਾ ਅੰਮ੍ਰਿਤਸਰ ਵਿੱਚ ਪਰਾਂਠੇ ਵੇਚਦੀ ਹੈ। ਇਸ ਦੇ ਪਰਾਂਠੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਆਕਾਰ ਆਮ ਪਰਾਂਠਿਆਂ ਦੇ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦਾ ਕਾਰਨ ਵੀਨਾ ਨੇ ਦੱਸਿਆ ਕਿ ਜਿਹੜੇ ਲੋਕ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦੇ ਉਹਨਾਂ ਦਾ ਮੇਰੇ ਇੱਕ ਪਰਾਂਠੇ ਦੇ ਨਾਲ ਪੇਟ ਭਰ ਜਾਂਦਾ ਹੈ। ਨਾਲ ਹੀ ਵੀਨਾ ਨੇ ਦੱਸਿਆ ਕਿ ਉਹ ਜਿਹੜੇ ਪੈਸੇ ਖਰਚ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਮੁਫਤ ਪਰਾਂਠੇ ਵੀ ਖਵਾਉਂਦੀ ਹੈ, ਕਿਉਂਕਿ ਉਹ ਮੰਨਦੀ ਹੈ ਕਿ ਗਰੀਬੀ ਦੇ ਸਮੇਂ ਦੇ ਵਿੱਚ ਜੋ ਅਸੀਂ ਦੇਖਿਆ ਹੈ ਸਾਡੇ ਕੋਲ ਭੋਜਨ ਖਾਣ ਲਈ ਪੈਸੇ ਨਹੀਂ ਸਨ, ਇਸ ਲਈ ਮੈਂ ਉਹਨਾਂ ਦੀ ਬੇਬਸੀ ਨੂੰ ਸਮਝਦੀ ਹਾਂ। ਮੈਂ ਉਹਨਾਂ ਨੂੰ ਖਾਣਾ ਖਵਾਉਂਦੀ ਹਾਂ ਤਾਂ ਜੋ ਕਿਸੇ ਹੋਰ ਨੂੰ ਮੇਰੇ ਵਰਗਾ ਬਿਤਾਇਆ ਸਮਾਂ ਨਾ ਘਟਣਾ ਪਵੇ। ਵੀਨਾ ਦੀਆਂ ਚਾਰ ਧੀਆਂ ਨੇ ਅਤੇ ਪਤੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਗਵਾ ਲਈ। ਉਸ ਤੋਂ ਬਾਅਦ ਵੀਨਾ ਨੇ ਖੁਦ ਸਖਤ ਮਿਹਨਤ ਕੀਤੀ ਅਤੇ ਤਿੰਨ ਧੀਆਂ ਦਾ ਵਿਆਹ ਕੀਤਾ ਅਤੇ ਇੱਕ ਧੀ ਹੁਣ ਉਸ ਦੇ ਕੰਮ ਵਿੱਚ ਸ਼ਾਮਲ ਹੋ ਗਈ ਹੈ। ਵੀਨਾ ਦੀ ਧੀ ਕਸ਼ਿਸ਼ ਨੇ ਦੱਸਿਆ ਕਿ ਉਸਦਾ ਸੁਪਨਾ ਸੀ ਕਿ ਉਹ ਪੜ੍ਹਾਈ ਕਰਕੇ ਡਾਕਟਰ ਬਣੇ, ਪਰ ਘਰ ਦੀਆਂ ਮਜਬੂਰੀਆਂ ਦੇ ਕਾਰਨ ਅੱਜ ਉਸ ਨੂੰ ਆਪਣੀ ਮਾਂ ਦੇ ਨਾਲ ਪਰਾਂਠੇ ਵੇਚਣੇ ਪੈ ਰਹੇ ਨੇ। ਹਾਂਜੀ ਭਾਜੀ, ਨਾਮ ਸੁਪਨਾ? ਵੀਨਾ ਰਾਣੀ। ਵਿੱਚ ਵੀਨਾ ਜੀ ਕਿੰਨਾ ਚਿਰ ਹੋ ਗਿਆ ਰੇੜੀ ਲਾਉਂਦੇ ਨੇ? ਵੀ ਜੀ ਰੇੜੀ ਤੇ ਤਾਂ ਕਿਹਾ ਸੱਸ ਸਹੁਰੇ ਦੇ ਹੁੰਦੇ ਆ, ਮਤਲਬ ਘੜੋ ਘੜ 80-90 ਸਾਲ ਹੋ ਗਏ ਸਾਨੂੰ। 10 ਕੁ ਸਾਲ ਹੋ ਗਿਆ ਕੰਮ ਕਾਰ ਕਰਦੇ। ਪਰਿਵਾਰ ਕੌਣ ਕੌਣ ਹੈ? 4 ਬੇਟੀਆਂ, ਮੈਂ, ਮੇਰਾ ਹਸਬੰਡ ਤੇ ਜਿਹੜੀਆਂ ਧੀਆਂ ਵਿਆਹਤੀਆਂ। ਹਾਂਜੀ 3 ਵਿਆਹਤੀ, ਇੱਕ ਰਹਿ ਗਈ ਜੀ। ਇਸੇ ਕੰਮ ਤੋਂ ਰੇੜੀ ਤੋਂ? ਹਾਂਜੀ ਹਾਂਜੀ ਰੇੜੀ ਤੋਂ ਵਿਆਹੀਆਂ। ਵਿੱਚ ਜੀ ਸਵੇਰ ਕਿੰਨੇ ਵਜੇ ਆਏ ਜੀ, ਕਿੰਨੇ ਵਜੇ ਜਾਂਦੇ ਜੀ? ਵੀ ਜੀ ਸਵੇਰੇ ਆਪਾਂ 7-8 ਵਜੇ ਆ ਜਾਈਦਾ ਅਤੇ 10:30 11 ਵਜੇ ਤੋਂ ਬਾਅਦ ਹਰ ਇੱਕ ਸਮਾਨ ਦੇ ਦੇਈਦਾ। ਆ ਕੇ ਸਾਰੀ ਤਿਆਰੀ ਕਰਨੀ ਹੁੰਦੀ ਹੈ ਅਤੇ ਰਾਤ ਦਾ ਕਸਟਮਰ ਹੋਵੇ ਤਾਂ 11-12 ਵੀ ਵੱਜ ਜਾਂਦੇ ਵੀ ਜੀ, ਨਾ ਹੋਵੇ ਤਾਂ ਫਿਰ ਰਾਤ 11 ਵਜੇ ਤੱਕ ਚੱਲ ਜਾਈਦਾ। ਅਸੀਂ ਦੇਖ ਰਹੇ ਛੋਟੀ ਜਿਹੀ ਬੱਚੀ ਧਾੜਾ ਲੱਗੀ ਸੀ ਕੰਮ ਕਰਦੇ ਜੀ। ਹਾਂਜੀ ਹਾਂਜੀ ਜੀ। ਪਰ ਕੀ ਕਹਿਣਾ ਚਾਹੋਗੇ, ਅਸੀਂ ਦੇਖ ਰਹੇ ਲੋਕ ਧੀਆਂ ਨੂੰ ਬਹੁਤ ਸਮਝਦੇ ਨੇ, ਉਹਨਾਂ ਨੂੰ ਕਹਿਣਾ ਕਹਿਣਾ ਚਾਹੋਗੇ? ਆਪਾਂ ਤਾਂ ਇਹੀ ਕਹੋਗੇ ਵੀ ਜੀ ਧੀਆਂ ਬੋਝ ਨਹੀਂ ਹੈ, ਧੀਆਂ ਮੁੰਡਿਆਂ ਨਾਲ ਵੀ ਵੱਧ ਕੇ ਮਾਂ ਪਿਓ ਦਾ ਸਹਾਰਾ ਬਣਦੀਆਂ। ਤੁਹਾਨੂੰ ਪਤਾ ਇੰਨਾ ਪੁੱਤ ਨਹੀਂ ਜਿੰਨਾ ਸਾਥ ਦਿੰਦੇ ਜਿੰਨਾ ਅੱਜ ਕੱਲ੍ਹ ਧੀਆਂ ਦਿੰਦੀਆਂ ਜੀ। ਪਰ ਕੀ ਕਹਿਣਾ ਚਾਹੋਗੇ, ਅਸੀਂ ਦੇਖਦੇ ਹਾਂ ਵੀ ਹਾਲਾਤ ਬਹੁਤ ਕਰੋਨਾ ਮਹਾਂਮਾਰੀ ਦੌਰਾਨ ਤੁਹਾਡੇ ਕੀ ਹਾਲਾਤ ਸੀ? ਚਲੋ ਉਦੋਂ ਇਹ ਸੀ ਥੋੜ੍ਹਾ ਆਏ ਸੀ ਥੋੜ੍ਹੀ ਪ੍ਰੋਬਲਮ ਆ ਅਤੇ ਪਰਮਾਤਮਾ ਨੇ ਦੇਣਾ, ਚਲੋ ਕੋਈ ਰਾਸ਼ਨ ਦੇ ਜਾਂਦਾ ਸੀ, ਕੋਈ ਗੋਲਡਨ ਆਪਾਂ ਚੱਲ ਜਾਈਦਾ ਲੰਗਰ ਲੁੰਗਰ ਖਾਣ, ਸ਼ਹੀਦਾਂ ਲਈ ਚੱਲ ਜਾਈਦਾ ਸੀ। ਹਾਂਜੀ 300 ਵੀ ਘਰ ਆਪਣਾ ਕੇ ਕਿਰਾਏ ਤੇ? ਕਿਰਾਏ ਤੇ ਵੀ ਜੀ। ਤੇ ਕਿੰਨਾ ਕਿਰਾਇਆ ਦੇਂਦੇ ਜੀ? 3500 ਵੀ ਜੀ। ਤੇ ਕਿਸ ਤਰ੍ਹਾਂ ਸਾਰਾ ਰੋਟੀ ਪਾਣੀ ਜਿਹੜਾ ਗੁਜ਼ਾਰਾ ਕੀਤਾ ਹੁੰਦਾ ਰੇੜੀ ਤੋਂ, ਘਰ ਦਾ ਕਿਰਾਇਆ ਕੱਢਣਾ ਹੁੰਦਾ? ਬਸ ਵੀ ਜੀ ਇੱਥੇ ਮਹਾਮਾਈ ਕਿਰਪਾ ਕਰਦੀ ਹੈ ਅਤੇ ਕਰੀ ਜਾਈਦਾ ਜੀ। ਹੁਣ ਥੋੜ੍ਹਾ ਲੋਕਡਾਊਨ ਤਾਂ ਕਰਕੇ ਥੋੜ੍ਹਾ ਜਿਹਾ ਕਿਰਾਇਆ ਰੱਖਿਆ ਹੈ, ਪਰ ਸਾਡੇ ਮਾਲਕ ਕਾਨੂੰ ਬਹੁਤ ਅੱਛੇ ਹੈ, ਬਾਹਰੋਂ ਆਏ ਹੋਏ ਵੇ ਅਤੇ ਪਰ ਉਹ ਤੰਗ ਪਰੇਸ਼ਾਨ ਨੇ ਸਾਨੂੰ ਬਿਲਕੁਲ ਨਹੀਂ ਕਰਦੇ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੌਲੀ ਹੌਲੀ ਦੇ ਦੇਣਾ ਹੈਗਾ। ਹਾਂਜੀ। ਪਰ ਕੀ ਕਹਿਣਾ ਚਾਹੋ, ਅਸੀਂ ਦੇਖਦੇ ਹਾਂ ਕਿ ਕਈ ਲੋਕ ਘਬਰਾ ਜਾਂਦੇ ਜ਼ਿੰਦਗੀ ਤੋਂ, ਮਿਹਨਤ ਤੋਂ ਡਰਦੇ ਨੇ। ਘਬਰਾਏ ਤਾਂ ਵੀਰ ਜੀ ਆਪਾਂ ਵੀ ਬਹੁਤ ਸੀ, ਜਦੋਂ ਕੋਈ ਟਾਈਮ ਹੀ ਇੱਦਾਂ ਦਾ ਆ ਗਿਆ ਸੀ ਤਾਂ ਆਪਾਂ ਬੇਟੀਆਂ ਅਤੇ ਮੈਂ ਇਕੱਲੇ ਰਹਿ ਗਏ ਸੀ ਇਸ ਟਾਈਮ 'ਤੇ ਅਤੇ ਮਹਾਮਾਈ ਨਾਲ ਬਸ ਵਿਸ਼ਵਾਸ ਕਰੀਦਾ ਸੀ ਅਤੇ ਉਹਦੇ ਅੱਗੇ ਦੁੱਖ ਫੋਲੀ ਰਹੀ ਅਤੇ ਬਸ ਉਹਨਾਂ ਨੇ ਸਾਡੇ ਲਈ ਜੇ ਨਾਲ ਮੇਰੇ ਖੜ੍ਹੇ ਤੇ ਫਰਿਸ਼ਤਾ ਸਾਡੇ ਨਾਲ ਆ ਕੇ ਖੜ੍ਹਾ ਕਰਤਾ। ਇਸ ਟਾਈਮ 'ਤੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸਾਥ ਦਿੱਤਾ। ਕਿੰਨਾ ਕੁ ਚੰਗਾ ਲੱਗਦਾ ਜੋ ਲੋਕ ਆ ਕੇ ਤੁਹਾਡੀ ਸਿਫਤ ਕਰਦੇ ਨੇ, ਤੁਹਾਡੀ ਸ਼ਲਾਘਾ ਦਿੰਦੇ ਨੇ? ਮੈਂ ਕਹਿੰਦੀ ਮਹਾਮਾਈ ਦਾ ਸ਼ੁਕਰ ਕਰੀਦਾ ਕਿ ਸਾਡੇ ਵੱਲੋਂ ਕਿਸੇ ਦੇ ਨਾਲ ਮਾੜੀ ਨਾ ਹੋਵੇ ਸਾਡੇ ਵੱਲੋਂ ਬਸ। ਠੀਕ ਹੈ ਜੀ। ਹਾਂਜੀ ਬੇਟਾ, ਨਾਮ ਕੀ ਤੁਹਾਡਾ? ਕਸ਼ੀ। ਕਸ਼ੀ ਕਿੰਨਾ ਚਿਰ ਮੰਮਾ ਨੂੰ ਰੇੜੀ ਲਾਉਂਦੇ ਨੇ? ਮੰਮਾ ਨੂੰ ਹੋ ਗਿਆ 8 ਸਾਲ। ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਅਸੀਂ 3 ਭੈਣਾਂ ਵਾ, ਚੌਥੀ ਮੈਂ ਹੈਗੀ, ਇੱਕ ਮੇਰੇ ਮੰਮਾ, ਇੱਕ ਮੇਰੇ ਪਾਪਾ ਹੈਗੇ। ਜਿਹੜੀ 4 ਭੈਣਾਂ ਸੀ ਉਹ ਵੀ ਇਸੇ ਰੇੜੀ ਦੇ ਅੱਗੇ ਨਾਲ ਕੰਮ ਕਰਦੇ ਸੀ? ਹਾਂਜੀ ਅੰਕਲ, ਉਹ ਵੀ ਇਸੇ ਰੇੜੀ 'ਤੇ ਕੰਮ ਕਰਦੇ ਸੀ। ਅੱਜ ਉਹ ਵਿਆਹਤੀ ਹੈ? ਹਾਂਜੀ, ਉਹਨਾਂ ਨੇ ਮੈਰਿਜ ਕਰਤੀ ਹੈ। ਠੀਕ ਹੈ। ਅਤੇ ਤੁਸੀਂ ਕੀ ਸੋਚਿਆ ਨਹੀਂ ਹੈ ਵੀ ਸਕੂਲ ਜਾਣ ਬਾਰੇ? ਅਸੀਂ ਮੈਂ ਅੰਕਲ ਪੜ੍ਹਨਾ ਸੀ, ਮੇਰੇ ਨਾ ਮੰਮਾ ਦੀ, ਮੈਂ ਮੰਮਾ ਆਪਣੀ ਪ੍ਰੋਬਲਮ ਕਰਕੇ ਨਾ ਉਹਦੇ ਕਰਕੇ ਮੈਂ ਪੜ੍ਹ ਨਹੀਂ ਪਈ। ਸਾਡੇ ਘਰ 'ਚ ਮਜਬੂਰੀ ਆ ਗਈ ਸੀ, ਇਸ ਕਰਕੇ ਮੇਰਾ ਵੀ ਦਿਲ ਕਰਦਾ ਮੈਂ ਪੜ੍ਹ ਲਿਖ ਕੇ ਪੰਜਾਬ ਪੁਲਿਸ ਵਿੱਚ ਭਰਤੀ ਹੋਵਾਂ। ਕਿਰਾਏ ਤੇ ਰਹਿਣਾ ਆਪਣਾ ਮਕਾਨ ਹੈ? ਸਾਡਾ ਅੰਕਲ ਕਿਰਾਏ ਤੇ ਹੈਗਾ। ਕਿੰਨਾ ਕਿਰਾਇਆ ਦਿੰਦੇ ਜੀ? 3500 ਰੁਪਇਆ ਕਿਰਾਇਆ ਦਿੰਦੇ। 35,000। ਤੁਸੀਂ ਸੋਚਿਆ ਨਹੀਂ ਵੀ ਤੁਸੀਂ ਵੀ ਪੜ੍ਹ ਲਿਖ ਕੇ ਬਣਨ ਬਾਰੇ? ਸੋਚਿਆ ਅੰਕਲ, ਹੁਣ ਮੈਂ ਆਪਣੇ ਮੰਮਾ ਦੀ ਮਜਬੂਰੀ ਕਰਕੇ ਹੋਇਆ ਪੜ੍ਹ ਨਹੀਂ ਪਾਈ ਮੈਂ ਮਜਬੂਰੀ ਕਰਕੇ। ਅਤੇ ਰੱਖੜੀ ਆਉਂਦੀ ਆ, ਕੀ ਕਹਿਣਾ ਚਾਹੋਗੇ ਜਿਵੇਂ ਵੀਰਾ ਹੈ ਨਹੀਂ ਹੈ? ਰੱਖੜੀ ਵੀਰ ਜਦੋਂ ਅੰਕਲ ਆਪਾਂ ਜਾਂਦੇ ਹਾਂ ਨਾ ਮੈਨੂੰ ਮਹਿਸੂਸ ਹੁੰਦਾ ਮੇਰੀਆਂ ਭੈਣਾਂ ਜਾਂਦੀਆਂ ਨਾ, ਆਪਣੇ ਭਰਾਵਾਂ ਨੂੰ ਮਾਮੇ ਦੇ ਮੁੰਡੇ ਬੰਦਰ ਅਸੀਂ ਵੀ ਜਾਂਦੇ ਹਾਂ, ਮੇਰੀ ਮਾਸੀ ਦੇ ਕੁੜੀ ਦੇ ਬ੍ਰਦਰ ਹੈਗੇ ਨਾ ਉਹਨਾਂ ਕੋਲ ਵੀ ਆਪਾਂ ਜਾਈਦਾ ਵਾ, ਪਰ ਫਿਰ ਸਾਨੂੰ ਫਿਰ ਵੀ ਮਹਿਸੂਸ ਹੁੰਦਾ ਨਾ ਲੋਕਾਂ ਦੇ ਭਰਾ ਹੈਗੇ ਭੈਣ ਹੈਗੇ ਪਰ ਸਾਡੇ ਜੀ। ਅਸੀਂ ਦੇਖਦੇ ਤੁਸੀਂ ਮੰਮਾ ਨਾਲ ਮਿਹਨਤ ਕਰ ਰਹੇ ਸੀ ਨਾਲ? ਹਾਂਜੀ।